ਸਤਿ ਸ਼੍ਰੀ ਅਕਾਲ ਜੀ, ਨਵੇਂ ਬਲੌਗ 'ਤੇ ਸਾਰਿਆਂ ਦਾ ਸਵਾਗਤ ਆ। ਸੋ ਕੀ ਹਾਲ ਚਾਲ ਨੇ, ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਸੋ ਜਿਹੜੇ ਭਰਾ ਚੈਨਲ 'ਤੇ ਪਹਿਲੀ ਵਾਰ ਆਏ ਨੇ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਆਪਾਂ ਪਹੁੰਚੇ ਹਾਂ ਮਾਨਸਾ ਮੰਡੀ 'ਤੇ। ਅੱਜ ਦਿਖਾਵਾਂਗੇ ਤੁਹਾਨੂੰ ਮਾਨਸਾ ਮੰਡੀ ਦੇ ਨਗੀਨੇ। ਮਾਨਸਾ ਮੰਡੀ 'ਤੇ ਬਹੁਤ ਸ਼ਾਨਦਾਰ ਝੋਟੀਆਂ ਆਈਆਂ ਨੇ, ਤਾਂ ਇਕੱਲੀ ਇਕੱਲੀ ਦੀ ਡਿਟੇਲ ਅਨੁਸਾਰ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਮੰਡੀ ਹਰ ਮਹੀਨੇ 'ਚ ਚਾਰ ਵਾਰੀ ਲੱਗਦੀ ਹੈ, ਹਰ ਸ਼ੁੱਕਰਵਾਰ ਨੂੰ ਇਹ ਮੰਡੀ ਲੱਗਦੀ ਆ। ਤਾਂ ਹੁਣ ਬਹੁਤ ਖੂਬਸੂਰਤ ਮੰਡੀ ਲੱਗਣ ਲੱਗ ਗਈ, ਕਿਉਂਕਿ ਦੂਰੋਂ ਦੂਰੋਂ ਵੱਡੇ ਗਾਹਕ ਵੀ ਆਉਂਦੇ ਨੇ, ਤਾਂ ਚੰਗੀਆਂ ਝੋਟੀਆਂ ਸੇਲ ਹੋਣ ਲਈ ਵੀ ਆਉਂਦੀਆਂ ਨੇ। ਅੱਗੇ ਨੂੰ ਮੰਡੀ ਦਾ ਬਹੁਤ ਫਰਕ ਹੈ, ਤਾਂ ਇੱਥੇ ਝੋਟੀਆਂ ਰੇਟ ਦੇ ਨਾਲ ਮਿਲ ਵੀ ਜਾਂਦੀਆਂ ਨੇ ਅਤੇ ਰੇਟ ਦੇ ਨਾਲ ਵਿਕ ਵੀ ਜਾਂਦੀਆਂ ਨੇ। ਇਹ ਮੰਡੀ ਦੀ ਵੱਡੀ ਖਾਸੀਅਤ ਲੈ ਵੀ ਦੋਸਤੋ, ਤੁਹਾਨੂੰ ਇੱਕ ਆਪਾਂ ਬੁਰੀ ਮੱਝ ਤੋਰ ਕੇ ਦਿਖਾਉਣੇ। ਪਹਿਲਾਂ ਤੁਸੀਂ ਤੁਰਦੇ ਉੱਚਾ ਕਰ ਲਿਓ, ਪਿੱਠ ਪੁੜੇ ਦੀ ਅਤੇ ਬੋਡੀ ਸਟਰਚਰ ਦੀ ਦੇਖੋ ਤੁਸੀਂ ਮੱਝ, ਐਂ ਪੂਰੀ ਬਣੀ ਥਣੀ ਹੈਗੀ ਅਤੇ ਆਰਡਰ ਕੁਆਲਿਟੀ ਦੇਖ ਲਓ ਬੈਕ ਸਾਈਡ ਤੋਂ। ਬਾਕੀ ਆਪਾਂ ਤੁਹਾਨੂੰ ਬਾਈ ਤੋਂ ਡਿਟੇਲ ਸਾਰੀ ਲੈ ਦਾਂਗੇ ਅਤੇ ਨੰਬਰ ਜਿਹੜਾ ਬਾਈ ਦਾ ਆਪਾਂ ਸਕਰੀਨ 'ਤੇ ਚਲਾ ਦਾਂਗੇ, ਕਨੈਕਟ ਕਰਕੇ ਜੇ ਤੁਹਾਨੂੰ ਪਸੰਦ ਆਉਂਦੀ ਹੈ ਜਿੰਨਾ ਬਾਈ ਦੁੱਧ ਦੱਸੂਗਾ ਤੁਹਾਨੂੰ ਗੱਲਬਾਤ ਕਰ ਲਿਓ ਬਾਈ ਨਾਲ, ਅਤੇ ਉਹਨਾਂ ਤੁਸੀਂ ਘਰੋਂ ਚਵਾ ਕੇ ਤਸੱਲੀ ਨਾਲ ਲਿਆ ਸਕਦੇ। ਅਤੇ ਬੋਡੀ ਸਟਰਚਰ ਦੀ ਦੇਖੋ ਮੱਝ ਤੁਸੀਂ, ਅਤੇ ਥਣਾਂ ਦਾ ਦੇਖੋ ਕੁਆਲਿਟੀ ਤੋਂ, ਥਣਾਂ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ, ਚਾਰੇ ਥਣ ਜਮ੍ਹਾਂ ਇੱਕੋ ਜਿਹੇ ਹੈਗੇ ਅਤੇ ਸੋਹਣੀ ਸੁਨੱਖੀ ਹੈ ਮੱਝ। ਅਤੇ ਬਾਕੀ ਆ ਜਾਓ ਬਾਈ ਨਾਲ ਕਰਦੇ ਹਾਂ ਗੱਲਬਾਤ, ਅਤੇ ਵੀ ਕੀ ਮਾਲ ਮੁੱਲ ਰੱਖਿਆ, ਕਿੰਨਾ ਦੁੱਧ ਹੈਗਾ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ, ਕਿਹੜਾ ਪਿੰਡ ਆ ਬਾਈ ਆਪਣਾ? ਮੌੜ ਖੁਰਦ। ਕੀ ਨਾਮ ਆ ਬਾਈ ਆਪਣਾ? ਮਨਦੀਪ। ਮਨਦੀਪ, ਜਿਹੜੀ ਆਪਾਂ ਆਹ ਮੱਝ ਤੋਰ ਕੇ ਦਿਖਾਈਏ ਬੋਰੀ, ਇਹਦੀ ਕੀ ਡਿਟੇਲ ਆ ਗਈ? 10 ਕਿਲੋ ਦੁੱਧ ਆ ਵੀਰੇ। 10 ਕਿਲੋ ਦੁੱਧ ਆ ਇਹਦੇ ਥੱਲੇ, 4 ਮਹੀਨੇ ਸੂਈ ਆ। ਠੀਕ ਹੈ ਜੀ, 1 ਮਹੀਨਾ 10 ਦਿਨਾਂ ਦੀ ਕੱਪਣਾ। ਠੀਕ ਆ, ਮੰਨ ਲਓ ਚੱਕ ਬਾਹ 'ਚ ਨਹੀਂ ਆਉਂਦੀ ਗੀ। ਠੀਕ ਆ, ਮੰਨ ਲਓ ਵੀ ਗੱਭਣ ਹੈਗੀ ਹੈਗੀ। ਠੀਕ ਆ, 10 ਕਿਲੋ ਦੁੱਧ ਹੈਗਾ ਹੁਣ। ਠੀਕ ਆ, ਬੱਚਾ ਤਾਂ ਨਹੀਂ ਹੈਗਾ ਮਗਰ ਇਹਦੇ? ਹੁਣ ਮਗਰ ਕੱਟੀਆ ਨਾਲ ਆਹ। ਠੀਕ ਆ, ਅਤੇ ਕੀ ਮੁੱਲ ਰੱਖਿਆ ਮਨਦੀਪ ਇਹਦਾ? 80,000। 80,000 ਲੈਣ ਦੇਣਾ? ਲੈਣ ਦੇ ਜਮਾਂ ਅਖੀਰ 75,000 ਦੀ। 75,000 ਦੀ ਅਖੀਰ ਜਮਾਂ। ਠੀਕ ਆ, ਲੈ ਵੀ ਦੋਸਤੋ, ਜਿਹੜਾ ਬਾਈ ਇਹਦਾ ਮੁੱਲ ਕਰਦਾ 80,000 ਆ, ਲੈਣ ਦੇਣ 75,000 ਆ। ਬਾਕੀ ਤੁਸੀਂ ਫੋਨ 'ਤੇ ਗੱਲਬਾਤ ਕਰ ਲਿਓ, ਨੰਬਰ ਆਪਾਂ ਤੁਹਾਨੂੰ ਲੈ ਦਿੰਦੇ ਹਾਂ। ਮੱਝ ਪਿੱਠਪੁੜੇ ਦੀ ਅਤੇ ਕੱਦਕਾਠ ਵਾਲੀ ਹੈਗੀ, 1 ਮਹੀਨਾ 10 ਦਿਨਾਂ ਦੀ। ਬਾਈ ਕਹਿੰਦਾ ਗੱਭਣਾ, ਬਾਕੀ ਰੇ ਚੈੱਕ ਪਾਸ 'ਚ ਨਹੀਂ ਆਉਂਦੀ। ਜਿਹਨੇ ਚੈੱਕ ਪਾਸ ਕਰਨੀ ਆ ਉਹ ਦੇਸੀ ਤਰੀਕੇ ਨਾਲ ਵੀ ਕਰ ਸਕਦਾ ਗਾ, ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਵਾ, ਤੁਸੀਂ ਉਹ ਤਰੀਕਾ ਅਜਮਾ ਲਿਓ। ਅਤੇ ਬਾਕੀ ਆਰਡਰ ਕੁਆਲਿਟੀ ਦੀ ਸੋਹਣੀ ਆ ਮੱਝ, ਗਾਹਾਂ ਵਾਸਤੇ ਜੇ ਕਿਸੇ ਨੇ ਰੱਖਣੀ ਆ ਕੱਦਕਾਠ ਵਾਲੀ ਚੰਗੀ ਹੈਗੀ, ਥਣਾ ਥੁਣਾ ਦਾ ਸਾਈਜ਼ ਵੀ ਸੋਹਣਾ ਗਾ, 10 ਕਿਲੋ ਬਾਈ ਦੁੱਧ ਕਹਿੰਦਾ ਗਾ, ਅਤੇ ਮਗਰਾ ਕੱਟੀ ਹੈਗੀ। ਮੁੱਲ ਜਿਹੜਾ ਬਾਈ 80,000 ਕਰਦਾ, ਬਾਕੀ ਬਾਈ ਕਹਿੰਦਾ ਆਪਾਂ 75,000 ਦੇ ਦੇਵਾਂਗੇ। ਬਾਕੀ ਤੁਸੀਂ ਫੋਨ 'ਤੇ ਗੱਲਬਾਤ ਕਰ ਲਿਓ, ਰੇਟ ਜਿਹੜਾ ਹੋਰ ਵੀ ਘੱਟ ਵੱਧ ਹੋ ਜੂਗਾ। ਅਤੇ ਨੰਬਰ ਬੋਲਦੇ ਬਾਈ ਆਪਣਾ? 81-969-50-115। ਠੀਕ ਆ, ਲੈ ਵੀ ਦੋਸਤੋ, ਬਾਈ ਦਾ ਆਹ ਨੰਬਰ ਹੈਗਾ, ਇਹ ਨੰਬਰ 'ਤੇ ਤੁਸੀਂ ਕਨੈਕਟ ਕਰਕੇ, ਆ ਸਾਹਮਣੇ ਜਿਹੜੀ ਬੁਰੀ ਮੱਝ ਖੜੀ ਹੈਗੀ, ਇਹ ਤੁਸੀਂ ਕਨੈਕਟ ਕਰਕੇ ਬਾਈ ਨਾਲ ਗੱਲਬਾਤ ਕਰਕੇ ਜੇ ਤੁਹਾਨੂੰ ਪਸੰਦ ਆਉਂਦੀ ਹੈਗੀ ਤਾਂ 10 ਲੀਟਰ ਦੁੱਧ ਘਰੋਂ ਚਵਾ ਕੇ ਤਸੱਲੀ ਨਾਲ ਘਰੋਂ ਲਿਆ ਸਕਦੇ ਹੋ। ਠੀਕ ਹੈ, ਤੋ ਤੁਹਾਨੂੰ ਇੱਕ ਆਪਾਂ ਸੋਹਣੀ ਸੁਨੱਖੀ ਅਤੇ ਉੱਚੇ ਕੱਦਕਾਠ ਵਾਲੀ ਝੋਟੀ ਤੋਰ ਕੇ ਦਿਖਾਉਣਿਆ। ਤੋਰਦੀ ਨੂੰ ਪਹਿਲਾਂ ਤੁਸੀਂ ਚੈੱਕ ਕਰ ਲਓ, ਪਿੱਠ ਪੁੜੇ ਦੇਖੋ, ਅਤੇ ਬੋਡੀ ਸਟਰਚਰ ਦੀ ਬਹੁਤ ਸੋਹਣੀ ਝੋਟੀ ਹੈਗੀ, ਅਤੇ ਸਿੰਗਾਂ ਸੁੰਗਾਂ ਦੀ ਐਂ ਜਮਾਂ ਕੁੰਡੀ ਆ, ਜਿਵੇਂ ਕਹਿੰਦੇ ਹੁੰਦੇ ਆ ਕਿ ਵੀ ਠਾਨੀ ਨਾਂਹ ਦੀ ਵੇਦੀ, ਅਤੇ ਮੋੜ ਲਿਆ ਬਾਈ। ਅਤੇ ਬਾਕੀ ਕੱਦਕਾਠ ਦੇਖੋ ਤੁਸੀਂ, ਅਤੇ ਬਹੁਤ ਕੱਦਕਾਠ ਆ, ਅਤੇ ਆਰਡਰ ਕੁਆਲਿਟੀ ਦੇਖੋ ਤੁਸੀਂ ਇੱਧਰੋਂ ਸਾਈਡ ਤੋਂ। ਅਤੇ ਬਾਕੀ ਆਪਾਂ ਵੀਰ ਨਾਲ ਕਰਾਂਗੇ ਗੱਲਬਾਤ ਆ, ਅਤੇ ਪੂਰੀ ਐਂ ਜਿਵੇਂ ਮਾਨਸਾ ਮੰਡੀ 'ਤੇ ਨਾ ਪੂਰੀ ਟੌਪ ਦੀ ਝੋਟੀ ਹੈਗੀ, ਕੱਦਕਾਠ ਪੂਰਾ ਹੈਗਾ ਝੋਟੀ ਦਾ, ਅਤੇ ਪਿੱਠ ਪੁੜੇ ਦੇਖੋ ਤੁਸੀਂ ਬੈਕ ਸਾਈਡ ਤੋਂ, ਥਣਾਂ ਦਾ ਗੈਪ ਵੀ ਬਹੁਤ ਸੋਹਣਾ ਹੈਗਾ, ਅਤੇ ਜਮਾਂ ਇਕੱਲਾ ਇਕੱਲਾ ਥਣ ਲੱਗਿਆ ਹੋਇਆ ਹੈਗਾ। ਅਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ, ਤੁਹਾਨੂੰ ਡਿਟੇਲ ਲੈ ਕੇ ਦਿੰਦੇ ਹਾਂ। ਜੇ ਤੁਹਾਨੂੰ ਝੋਟੀ ਪਸੰਦ ਆ ਗਈ ਤਾਂ ਤੁਸੀਂ ਬਾਈ ਨਾਲ ਕਨੈਕਟ ਕਰ ਲਿਓ, ਨੰਬਰ ਆਪਾਂ ਸਕਰੀਨ 'ਤੇ ਚਲਾ ਦਿਆਂਗੇ, ਅਤੇ ਖੜੀ ਨੂੰ ਚੈੱਕ ਕਰ ਲਓ ਤੁਸੀਂ ਦੇਖੋ, ਪੂਰੀ ਸਕੀਨ ਝੋਟੀ ਆ ਜਮਾਂ ਹੈ, ਅਤੇ ਮੂੰਹ ਮੱਥੀ ਦੇ ਸਿੰਗਾਂ ਦੀ ਤੁਸੀਂ ਦੇਖੋ ਜਮਾਂ ਹੈ, ਕੁੰਡੇ ਸਿੰਘ ਆ ਜਮਾਂ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ, ਕਿਹੜਾ ਪਿੰਡ ਆ ਬਾਈ ਆਪਣਾ? ਮਾਖਾ ਜਲਾ। ਕੀ ਨਾਮ ਆ ਬਾਈ ਆਪਣਾ? ਦਰਸ਼ਨ ਸਿੰਘ। ਕੈ ਪਸ਼ੂ ਲੈ ਕੇ ਆਇਆ ਬਾਈ ਮੰਡੀ 'ਤੇ? ਦੋ, ਇੱਕ ਆ ਗਈ। ਠੀਕ ਆ, ਜਿਹੜੀ ਬਾਈ ਆਪਾਂ ਆਹ ਝੋਟੀ ਤੋਰ ਕੇ ਦਿਖਾਈਏ ਤੇਰੀ, ਇਹਦੀ ਕੀ ਡਿਟੇਲ ਆ ਗਈ? ਇਹ ਡਿਟੇਲ ਬਾਈ 10 ਲੀਟਰ ਹੁਣ ਦੁੱਧ ਤਿਆਰ ਆ, ਚੌਥਾ ਸੂਈ ਨੂੰ ਹੋਇਆ। ਠੀਕ ਆ, ਪਹਿਲੇ ਸੂਏ ਸੂਈ ਆ ਦੂਜਾ? ਠੀਕ ਆ, ਮਗਰ ਕੀ ਬੱਚਾ ਹੈਗਾ? ਮਗਰ ਕੱਟੀ ਆ। ਠੀਕ ਆ, ਚੌਥਾ ਦਿਨ ਆ ਸੂਈ ਨੂੰ, ਅਤੇ 10 ਲੀਟਰ ਦੁੱਧ ਹੈਗਾ ਗਾ, ਅਤੇ ਕਿੰਨਾ ਕਰ ਜੂ ਬਾਈ ਦੁੱਧ? ਇਹ 14 ਲੀਟਰ ਦੇ। ਠੀਕ ਆ, ਪਹਿਲੇ ਸੂਏ ਕਿੰਨਾ ਕਰਿਆ ਨੇ? 12 ਦਿੱਤਾ ਹੋਇਆ ਗਾ। ਘਰ ਦੀ ਆਪਣੀ? ਘਰ ਦੀ, ਵਪਾਰ ਦੀ। ਵਪਾਰ ਦੀ ਆ, ਠੀਕ ਆ। ਮਗਰ ਕੱਟੀ ਆ, ਆਹ ਕੱਟੀ ਆ ਕਿ ਇੱਧਰ ਬੈਠੀ? ਠੀਕ ਆ, ਆਹ ਕੱਟੀ ਆ ਦੋਸਤੋ। ਅਤੇ ਮੁੱਲ ਕੀ ਰੱਖਿਆ ਬਾਈ ਇਹਦਾ? ਮੁੱਲ ਇਹਦਾ 1,35,000। 1,35,000 ਲੈਣ ਦੇਣਾ? 1,25 ਦੀ। ਬਾਕੀ ਫੋਨ 'ਤੇ ਜੇ ਕੋਈ ਵੀਡੀਓ ਲਾਊਗਾ ਮੌਕੇ 'ਤੇ ਗੱਲਬਾਤ ਹੋ ਜੂ, ਹੈ ਨਾ, ਮੰਡੀ ਦਾ ਰੇਟ ਹੈ ਨਾ। ਅਤੇ ਠੀਕ ਆ ਬਾਈ, ਅਤੇ 1,25 ਦੀ ਦੇਣੀ ਹੈਗੀ।
एक 35 मुल है तो नंबर बोल दे बई 97816 22864 ठीक है आ भी तोड़ दे बई तोड़ दे तोड़ दे ला भी दोस्तों बई को एक होर आ गई मज ये आप तोड़ के दिखाने गए तो ये भी सूँ आप डिटेल ले देंगे तो पहले तुम तुरदी तो आर्डर क्वालिटी चेक कर लियो तो थाना का गैप यद भी बहुत सोहना है गिट खिट तो थान लग्या होगा मोड़ लिया बई तो बाकी यदि आप डिटेल लैके दे दें गे जे सूँ कोई भी मझ पसंद आँगी जो नंबर आ बई का आप स्क्रीन पर चला देंगे जो नंबर जो चली जाता स्क्रीन पर यह नंबर से कनैक्ट कर लियो तो मझा दोनों दुध वाली ने दूजे सूए सूई है झोटी चार दिन की मगर कट्टी आदे वो झोटी बहुत सोहनी सुनखी है तो बाकी थाना का तुम गैप देख लो तो बाकी यदि आप डिटेल लै दें बई तो ਇਹਦੀ ਕੀ ਡਿਟੇਲ ਆ ਬਾਈ ਇਹ ਹਲੇ 11 ਲੀਟਰ ਹੁਣ ਤਿਆਰ ਆ ਵੀ ਠੀਕ ਹੈ ਇਹ ਕਿੰਨੇ ਸੂਏ ਸੂਈ ਆ ਇਹਦੀ ਵੀ ਦੂਜਾ ਸੂਆ ਇਹ ਦੂਜਾ ਸੂਆ ਹੈ ਵੀ ਠੀਕ ਆ ਕਹਿ ਕਿ ਦਿਨਾਂ ਹੀ ਸੂਈ ਆ ਇਹ ਦੋਸਤੋ ਸੁਣੋ ਇੱਕ ਆਪਾਂ ਮੱਝ ਤੋੜ ਕੇ ਦਿਖਾਉਣਾ ਤੁਸੀਂ ਪੱਠਪੋੜੇ ਦੀ ਤੇ ਆਰਡਰ ਕੁਆਲਿਟੀ ਦੇਖੋ ਮੱਝ ਦੀ ਪੂਰੀ ਐ ਪੱਠਪੋੜੇ ਦੀ ਖੁੱਲੀ ਡੁੱਲੀ ਆ ਗਈ ਮੱਝ ਤੇ ਨਰੋਈ ਡਾਡੀ ਵਧੀਆ ਬਾਡੀ ਸਟ੍ਰਕਚਰ ਬਹੁਤ ਸੋਹਣਾ ਮੱਝ ਦਾ ਤੇ ਸਿੰਗਾਂ ਦੀ ਤਾਂ ਜ਼ਰੂਰ ਖੁੱਲੀ ਆ ਥੋੜੀ ਜੀ ਤੇ ਬਾਕੀ ਇਹ ਦੁੱਧ ਵਾਲੀ ਮੱਝ ਆ ਗਈ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਦਾਂਗੇ ਤੁਹਾਨੂੰ तो नंबर आप जरा बई का स्क्रीन पर चला देंगे तो बाकी तुरदी में तुम चैक कर लियो जे थोड़ा पसंद आ गई तो तुम बई ना कनैक्ट करके घरों तसली करके बई तो लिया सा दोगे बाकी आप सारी डिटेल सूँ लैके दे दें तो आ जाओ फिर बई ने आप कर दें गलबात तो खड़ी का तुम आर्डर क्वालिटी देख लो तो थाना का गैप बहुत सोहना गा तो माल मुल पुछद बई तो भी कितों तक दूगा कि मंगता गा तो थाना का तुम सैज सूज देख सदे हाँ जी भाई सत श्री अकाल पिंड है भाई भाई देसा जी भाई देसा नाम की अपना रविदास रविदास ते जड़ी आपा तेरी मज तोर के दिखाई है सुई हुई है हाँ जी सुई हुई क्या के दिन हो गए 25 दिन हो गए पच्ची दिन हो गए कैमे सुई सुई आ ये तीजे सुए सुई है जी हाँ ठीक है घर दी है कि व्यापार का काम घर दी है जी ठीक है मगर की बच्चा गा मगर कट्टा दुध कि कर भी थले हूं दुध 12 लीटर तैयार है हूँ मान लो भी 25 दिन हो गए 12 30 आ गई मान लो भी इन्ना की दू है ना ठीक है दो डंग चवा के तसलियां दे सकता मारा इंटर ठीक है तेरा भी मुल कि करे मुल तो 95,000 रुपया करे ठीक है लैन देना बस 90,000 रुपये की छड़ देंगे ठीक है 85 तक हो जाऊ मान ला गलबात है ना ठीक है बाकी मौके से गलबात हो जाओ ना फोन पर ठीक है तो लै भी दोस्तों बई यदा मुल जो 95,000 करता गा बाकी कहना आप 85 की दे देंगे मज कद गाठ वाली है जी तो 12 लीटर बई कहना चबा के दे देंगे आप तसली ना जमा 12 दिन 25 दिन हो गए सूई नू तो बाकी थना थोड़ा ही साफ आ रहा भी जमा सरला सुरला तो नहीं आता ठीक है ठीक है तो कद गाठ वाली मज आ गई जे थोड़ा पसंद आ गई तो आप बई का नंबर लै दें सूँ नंबर बोल दे रवि अपना 98,883,384 ठीक है लै भी दोस्तों आ बई का नंबर आई नंबर से कनैक्ट करके तो भाई देसा पेंड है बई का जे थोड़ा पसंद आँदी हैगी तो बई ना कनैक्ट करके आ मज जी सामने तुरदी आ गई ये खरीद सकते हो जी आ जाओ फिर वीडियो होर मझा की आप डिटेल लैके दें गए मझ कद काठ वाली हैगी नरोई डाढ़ी है वजिया 12 लीटर बई का दुध है नहीं एड्डी मझ थले तो अगला 15-15, 16-16 लीटर दुध कह जाता गा बाकी बई ने सही दस्या जमा तो आर्डर क्वालिटी साइड तो तुम चैकआउट कर सकते हो तो आ जाओ जी फिर अगे वीडियो होर मझा की डिटेल लैके दें।